ਇਹ ਤੇ ਪਾਕਿਸਤਾਨ ਦੀ ਫੌਜ ਜਿਹੜੇ ਮਰਜ਼ੀ ਤੋੜ ਕੇ ਆਪਣੇ ਲੈ ਲਓ। ਹਾਏ 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 ਨਿਕਲ ਗਏ ਬਾਬਾ ਜੀ ਡਰਾਈਵਰ ਸਲਾਮੁਅਲੈਕੁਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਸਭ ਵਧੀਆ ਹੋ ਬਾਬਾ ਜੀ? ਉਹ ਫਿੱਟ ਫਾਟ ਹੋ ਸਾਰੇ? ਹੈਗਾ ਜੀ, ਆਪਾਂ ਜਾ ਰਹੇ ਹਾਂ ਵਾਪਸ। ਤੁਹਾਨੂੰ ਸਾਰਾ ਵਲੌਗ ਤੁਸੀਂ ਵੇਖਣਾ, ਤੁਹਾਨੂੰ ਪਤਾ ਲੱਗ ਜਾਏਗਾ। ਠੀਕ ਹੈ, ਅੱਜ ਕੰਮ ਵੀ ਬੜੇ ਸ਼ਹਿਰ ਜਾਣਾ। ਠੀਕ ਹੈ, ਕੁਛ ਫਰੂਟ ਵਗੈਰਾ ਲੈ ਕੇ ਆਉਣਾ, ਕੋਈ ਮੈਡੀਸਨ ਵਗੈਰਾ ਲੈ ਕੇ, ਕੋਈ ਸਾਬਣ ਵਗੈਰਾ ਲੈ ਕੇ ਆਉਣੇ ਨੇ। ਅਤੇ ਬਾਕੀ ਆ ਕਟਿੰਗ ਯਾਰ ਕਰਵਾ ਲਈ, ਮੋਬਾਈਲ ਚਾਰਜਿੰਗ 'ਤੇ ਲੱਗਾ ਸੀ, ਮੈਂ ਵੀਡੀਓ ਬਣਾ ਨਹੀਂ ਸਕਿਆ। ਦੱਸਿਆ ਜੀ ਕਿੱਦਾਂ ਦੀ ਲੱਗੀ। ਅਤੇ ਨਾਲੇ ਯਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਬੈੱਲ ਆਈਕਨ ਪ੍ਰੈਸ ਕਰ ਦਿਓ, ਤਾਂ ਕਿ ਤੁਹਾਨੂੰ ਨਵੀਂ ਵੀਡੀਓ ਲੱਭ ਸਕੇ। ਠੀਕ ਹੈ, ਕੱਪੜਿਆਂ ਦੇ ਜੋੜੇ ਆਪਣੇ ਆ ਗਿਆ ਜੀ। ਸਭ ਤੋਂ ਪਹਿਲੇ ਬਲੈਕ, ਇਹ ਪਤਾ ਨਹੀਂ ਕਿਹੜਾ ਕਲਰ ਹੈ, ਯੈਲੋ ਆ ਕਿਹੜਾ, ਵਾਈਟ ਵਾਈਟ, ਇੱਕ ਥੱਲੇ ਹੋਰ ਹੋਣਾ ਯਾਰ ਉਸਮਾਨੀ, ਪੰਜ ਇਹ ਆ, ਅਤੇ ਬਾਕੀ ਆ ਬਲੈਕ ਪਏ ਆ। ਕੁਛ ਚੀਜ਼ਾਂ ਪਈਆਂ ਵਾ, ਕਰਦੇ ਹਾਂ ਪੈਕਿੰਗ ਇਹਦੀ। ਆ ਗਿਆ ਸੀ ਸ਼ਹਿਰ, ਸ਼ਹਿਰੋਂ ਲਿਆ ਬਾਬਾ ਜੀ ਆਪਾਂ ਖੀਰੇ ਕੇਲੇ, ਥੱਲੇ ਹੈਗਾ ਵਾ ਗਰਮਾ, 4 ਕਿਲੋ ਗਰਮਾ, 2 ਦਰਜਨ ਕੇਲੇ ਨੇ, 2 ਕਿਲੋ ਖੀਰੇ। ਮੈਂ ਕਿਹਾ ਚਲੋ ਘਰ ਵਾਲੇ ਖਾਣਗੇ, ਅੱਜ ਆਖਰੀ ਦਿਨ, ਕੰਮ ਬੜੇ ਹੁੰਦੇ ਆਖਰੀ ਦਿਨ। ਯਾਰ ਪੰਜਾਬ ਦੀ ਨਾ ਬੜੀ ਖੂਬਸੂਰਤ ਧਰਤੀ ਹੈ, ਪੰਜਾਬ ਜਿਹੜੀ ਧਰਤੀ ਹੈ ਨਾ ਬਹੁਤ ਖੂਬਸੂਰਤ ਹੈ। ਸਾਡੇ ਪਿੰਡ ਦਾ ਬੱਬਰ ਸ਼ੇਰ ਆ ਗਿਆ, ਕੀ ਹਾਲ ਭਾਜੀ? ਚੈੱਕ ਕਰੋ, ਫਰੈਸ਼ ਦਵਾਣੇ ਬਾਬਾ ਜੀ। ਇਹ ਤਾਂ ਪਾਕਿਸਤਾਨ ਦੀ ਫੌਜ, ਜਿਹੜੇ ਮਰਜ਼ੀ ਤੋੜ ਕੇ ਆਪਣੇ ਲੈ ਲਓ। ਹੈਂ, ਦੇਖੋ ਵਾਧੂ ਪਏ ਹੋਏ ਨੇ। ਕਿੰਨੇ ਕਿਲੋ ਨੇ? ਹੈਂ, 11 ਕਿਲੋ ਹੋਏ ਨੇ ਜੀ, 2 ਦਵਾਣੇ ਕਰਦੇ। ਨੁਕਸਾਨ ਹੋ ਗਿਆ ਜੀ, ਨੁਕਸਾਨ ਹੋ ਗਿਆ ਬਾਬਾ ਜੀ। ਗਰਮਾ ਸਾਰਾ ਨਾ ਸ਼ਾਹਪੁਰ ਨਾਲੋਂ ਲੱਤ ਗਿਆ, ਗਰਮਾ ਸਾਰਾ ਹੀ ਡਿੱਗ ਪਿਆ। ਅਤੇ ਮੈਂ ਵਾਪਸ ਗਿਆ ਵਾਂ ਗਰਮੇ ਦਾ ਪਤਾ ਕਰਨ, ਤਾਂ ਪਿੱਛੇ ਬੱਚਿਆਂ ਨੇ ਚੱਕ ਲਿਆ ਸੀ, ਅਤੇ ਮੈਂ ਫਿਰ ਛੱਡ ਦਿੱਤਾ। ਮੈਂ ਚੱਲ ਕੋਈ ਨਹੀਂ ਬੱਚਿਓ, ਤੁਸੀਂ ਖਾਓ, ਅਤੇ ਉਹਨਾਂ ਇਹਨੂੰ ਮੈਂ ਇੱਦਾਂ ਹੀ ਹਾਂ। ਹਾਏ 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 ਹਾਏ, ਰੰਗ ਗੁਲਾਬ ਦੇ, ਕਿਆ ਯਾਰ ਜਸ ਆ ਜਾਏਗੀ ਅਗਰ ਠੰਡਾ ਹੁੰਦਾ ਨਾ, ਅਤੇ ਜ਼ਿਆਦਾ ਚਸ ਆਉਣੀ। ਮੈਂ ਕਿਹਾ ਚਸ ਆ ਜਾਂਦੀ ਅਗਰ ਠੰਡਾ ਹੁੰਦਾ, ਜ਼ਿਆਦਾ ਚਸ ਆਉਣੀ। ਬਿਸਮਿਲ੍ਲਾਹਿ ਰਹਿਮਾਨ ਰਹਿਮ। ਹਾਏ ਹਾਏ, ਬਟਨ ਲਾਉਣ ਵਾਲੇ ਆ, ਸੂਟ ਇੱਕ ਰਹਿੰਦਾ ਸੀ ਨਾ, ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ 'ਚ, ਅਤੇ ਇਹ ਲਾਉਣ ਵਾਲੇ ਰਹਿੰਦੇ ਆ, ਅਤੇ ਹੁਣ ਚੋਰੀ ਸਾਹਿਬ ਹੋਣੀ ਸਪੀਡ 'ਚ ਲੱਗੇ ਹੋਏ ਆ, ਅਤੇ ਟਾਈਮ ਮੇਰਾ ਨਿਕਲਣ ਦਾ ਟਾਈਮ ਹੋ ਗਿਆ ਯਾਰ, ਮਰਜ਼ੀ ਆ ਤੇਰੀ ਯਾਰ। ਹਾਂਜੀ ਬੂਟਾ ਜੀ, ਅੱਜ ਫਰੈਸ਼ ਵੇਖ ਲਾ, ਚੈੱਕ ਕਰ, ਹੁਣ ਭਾਈ ਲਾਉਣ ਲੱਗਾ ਵਾ ਚੱਕੀ। ਠੀਕ ਆ, ਮੈਂ ਕਿਹਾ ਯਾਰ ਮੇਰਾ ਭਰਾ ਵਾ ਕਸੂਰ ਦਾ, ਅਤੇ ਇੱਕ ਮੀਆਂ ਵਾਲੀ ਦਾ, ਉਹ ਸਪੈਸ਼ਲ ਏ ਬਰਫੀ ਖਾਂਦੇ ਆ, ਅਤੇ ਅੱਜ ਭਾਈ ਜਾਨ ਜੀ ਵੇਖ ਲਓ ਸਪੈਸ਼ਲ ਟੱਕ ਲਵਾ ਰਹੇ ਹਾਂ ਸੰਗਮ ਵਾਲਿਆਂ ਦੀ ਅੱਡਾ ਨਾਈ ਵਾਲਾ ਬੰਗਲਾ, ਜੋ ਕਿ ਖਾ ਲਓ ਭਾਈ ਜਾਨ ਪੈਸੇ ਕੜਕਣਾ ਨੋਟ। ਇਹ ਆਪਣਾ ਜੋੜਾ ਜੀ, ਅਤੇ ਚੋਰੀ ਸਾਹਿਬ ਹੁਣੇ ਵੀ ਤਿਆਰ ਨੇ। ਠੀਕ ਹੈ, ਅਤੇ ਇਹ ਇਹਨਾਂ ਦਾ, ਇਹ ਕਹਿੰਦਾ ਜੀ ਇਹ ਪਾ ਕੇ ਜਾਣਾ। ਹੈਂ, ਚੈੱਕ ਕਰ, ਇਹਨੇ ਆਪਣਾ ਨਾਂ ਲਿਖਵਾਇਆ ਉੱਪਰ, ਇਹ ਮੁੰਡੇ ਮੇਰੇ ਨੇ। ਹੈਂ, ਹੋ ਜਾ ਤਿਆਰ ਜਲਦੀ, ਸ਼ਾਬਾਸ਼ ਵੀ। ਆਪਾਂ ਹੋ ਗਏ ਹਾਂ ਤਿਆਰ, ਕਿੱਦਾਂ ਲੱਗੇ ਫਿਰ? ਹੈਂ, ਘੜੀ ਲੱਗੀਏ ਸਭ ਤੋਂ ਪਹਿਲੇ, ਠੀਕ ਹਾਂ, ਓਕੇ ਕਰੋ। ਆਪਣੀ ਹੋ ਗਈ ਹੈ ਸੁਲਾ, ਗੱਲ ਕੋਈ ਨਹੀਂ ਸੀ, ਛੋਟੀ ਜਿਹੀ ਗੱਲ ਸੀ, ਪਰ ਮੁੰਡਾ ਗੁੱਸਾ ਕਰ ਗਿਆ, ਬੱਚਾ ਹੈ ਨਾ, ਬਾਕੀ ਕੋਈ ਨਹੀਂ, ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਹੁਣ ਚੱਲਾਂ ਮੇਰੇ ਨਾਲ, ਹਰ ਵਾਰੀ ਬੰਦਾ ਨਾਲ ਹੁੰਦਾ,
ਲੈਣ ਜਾਣ ਵੀ ਛੱਡਣ ਵੀ ਤੇ ਅੱਲਾ ਪਾਕ ਖੁਸ਼ ਰੱਖੇ। ਹੁਣ ਤੇ ਨਹੀਂ ਕੋਈ ਨਾਰਾਜ਼ ਨਹੀਂ, ਹੁਣ ਕੋਈ ਨਹੀਂ ਬਾਈ ਹੈ ਯਾਰ ਆਪਣਾ ਭਾਈ ਤੋਂ ਸਾਡਾ ਵੱਡਾ ਬਾਬਾ ਜੀ। ਅਸਾਂ ਚਾਹ ਯਾਰ ਇਹ ਭਰਾ ਵਾਸਤੇ ਅਲਟਰਾ ਵਾਚ ਲਿਆਂਦੀ ਹੈ, ਇਹਨੂੰ ਓਪਨ ਕਰ ਯਾਰ। ਤੇਰੇ ਵਾਸਤੇ ਲਿਆਂਦੀ, ਤੂੰ ਨਾਰਾਜ਼ ਸੀ ਫਿਰ ਤੂੰ ਬਾਬਾ ਜੀ ਛੁਰੀ ਨੂੰ ਛੱਡ ਹੈਗਾ ਨੌ ਮਾਰ ਪਾਟ ਪਰਾਂ ਨਹੀਂ। ਇਹ ਛੋਟਾ ਹੈ ਤੋਹਫ਼ਾ ਹੈ ਇਨਸ਼ਾਅੱਲਾ, ਉੱਤੋਂ ਡੱਬੀ ਖੋ ਲੈਂਦੀ ਚੈੱਕ ਕਰੋ। ਠੀਕ ਹੈ ਜੀ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਪੱਟੇ ਨੇ ਇਹਦੇ, ਬਲਕਿ ਅੱਠ ਕਿ ਇਹਦੇ ਨਾਲ, ਇਹ ਇਹਦੇ ਨਾਲ ਦਾ ਅੱਠ ਨੇ ਬਾਬਾ ਜੀ ਅੱਠ। ਇਹ ਇਹਦੇ ਨਾਲ ਦਾ ਅਤੇ ਇਹ ਇਹਦੇ ਨਾਲ ਦਾ, ਇਹ ਇਹਦਾ ਚਾਰਜਰ ਹੈ, ਇਹ ਬਾਬਾ ਜੀ ਵਾਹ 'ਚ ਚਾਲੂ ਕਰ ਚਾਰਜਰ ਹੈ ਕਿ ਨਹੀਂ ਮੇਰੇ ਸਾਹ ਚਾਰਜਿੰਗ ਨੇ। ਚਲੋ ਆ ਕੇ ਚਾਰਜਿੰਗ ਕਰ ਲਈ। ਅੱਗੇ ਮਾਸ਼ਾਅੱਲਾ ਸੁੱਤੀ ਪਈ ਸੀ, ਹੁਣ ਮੈਂ ਚੱਲਾਂ ਵਾਂ ਅਤੇ ਉੱਠ ਗਈ ਹੈ। ਆਇਜ਼ਾ ਰਾਣੀ ਪਾਪਾ ਜਾ ਰਿਹਾ ਹੈ ਬੇਟਾ, ਜਾਵਾਂ ਹੈਂ ਚਲੋ ਜਾਵਾਂ ਹੈਂ। ਚਲ ਠੀਕ ਹੈ ਮੇਰੇ ਪੁੱਤ, ਤੂੰ ਸੌਂ ਜਾ ਮੈਂ ਚੱਲਾਂ ਫਿਰ, ਠੀਕ ਆ। ਬੈਗ ਹੋ ਗਿਆ ਆਪਣਾ ਰੈਡੀ, ਰੱਖ ਲਿਆ ਗੱਡੀ 'ਚ, ਕਰੋ ਬੰਦ ਬਾਬਾ ਜੀ ਇਹਨੂੰ ਅਤੇ ਚਲੀਏ। ਨਿਕਲ ਗਏ ਬਾਬਾ ਜੀ, ਡਰਾਈਵਰ ਅੱਗੇ ਖੜ੍ਹਾ ਕਿਉਂਕਿ ਮੈਂ ਡਰਾਈਵ ਕਰ ਰਿਹਾ ਪਿੰਡੋਂ, ਉਹ ਖੜ੍ਹਾ 29 ਵਾਲੇ ਅੱਡੇ 'ਤੇ, ਉਹਨੂੰ ਜਾ ਕੇ ਲੈਂਦੇ ਹਾਂ ਆਪਾਂ ਸਿੱਧਾ ਮੁਲਤਾਨ ਨੂੰ ਬਾਬਾ ਜੀ। ਕਰਦੇ ਕੈਮਰਾ ਬੰਦ, ਆ ਜਾਓ ਬਾਈ ਜਾਨ ਜੀ ਆਪਦੀ ਸੀਟ 'ਤੇ, ਐਂ ਸਾਡਾ ਨਾਇਕ ਸਾਹਿਬ ਖਲੇ ਨੇ ਜੀ, ਪਹੁੰਚ ਐਂ ਚਲ ਆਪਦੀ ਸੀਟ 'ਤੇ ਬਹਿ ਜਾ, ਮੁੜ ਚੱਲੀਏ ਮੁੜ ਨਿਕਲੀਏ ਟਾਈਮ ਨਾਲ। ਕਿਹੜੀ ਜਗ੍ਹਾ ਹੈ? ਹੜੱਪਾ ਟੂਲ ਪਲਾਜ਼ਾ, ਹੜੱਪੇ ਟੂਲ ਪਲਾਜ਼ਾ 'ਤੇ ਪਹੁੰਚ ਗਏ। ਬੋਲਾ ਸਾਹਿਬ ਬਾਬਾ ਜੀ ਵੈਪਰ ਲਵਾ ਰਹੇ ਨੇ ਸਕਰੀਨ 'ਤੇ, ਕਹਿੰਦਾ ਨਜ਼ਰ ਨਹੀਂ ਹੁੰਦਾ, ਮੈਂ ਤਾਂ ਆਖਿਆ ਬੋਲਾ ਹੈ ਤਾਂ ਥੋੜ੍ਹੇ ਨਜ਼ਰ ਤੋਂ ਨਿਕਲਦਾ, ਚੰਗੀ ਤਰ੍ਹਾਂ ਲਾ ਦੀਆ ਇਹਨੂੰ ਨਜ਼ਰ ਨਹੀਂ ਆਉਂਦਾ ਜੀ। ਹਵਾ ਚੈੱਕ ਹੋ ਰਹੀ ਹੈ ਜੀ, ਟਾਇਰ ਤਾਂ ਨਵੇਂ ਪਵਾਏ ਨੇ, ਬਾਕੀ ਚੈੱਕ ਕਰਵਾਉਣੀ ਚਾਹੀਦੀ ਹੈ, ਕਿਉਂ ਸਾਹਿਬ ਜੀ ਬਾਰਿਸ਼ ਕਾਫੀ ਜੁੜ ਗਈ ਹੈ। ਡਰਾਈਵਰ ਸਾਹਿਬ ਜੀ ਬਾਰਿਸ਼ ਗਈ ਹੈ ਜੋੜ ਮੋੜ, ਦੌੜਾ ਹੋ ਜਾਵੇ ਇੱਕ ਚਲਦੇ ਤਾਂ ਪੈਣ ਹੈਂ ਡੋਲਾ ਦਮਾਇਆ ਇਕੱਠੇ, ਜ਼ਮਾਨਾ ਭਾਵੇਂ ਸੜਦਾ ਰਹੇ। ਇਹ ਚੰਨੂ ਟੂਲ ਪਲਾਜ਼ਾ ਸਾਡਾ ਅੱਗੇ ਸਟਾਪ ਹੈ ਬਾਬਾ ਜੀ, ਉਹ ਕਿਹੜੀ ਜਗ੍ਹਾ ਦਾ ਨਾਂ ਹੈ ਉਸ ਜਗ੍ਹਾ ਦਾ ਨਾਂ ਕੀ ਹੈ? ਚਾਹ ਬਣਵਾਈ ਬੈਠੇ ਨੇ ਹੈ ਬਾਬਾ ਜੀ ਦਾ ਹੋਟਲ, ਪੀਂਦੇ ਨਹੀਂ ਮੁੜ ਤੁਹਾਡਾ ਪੀਓ ਚਾਹ, ਚਲੀਏ ਟਾਈਮ ਥੋੜ੍ਹਾ ਹੈ। ਸਾਰੇ ਸੁੱਤੇ ਆਏ ਨੇ, ਆ ਜਾ ਲਾਕ ਲੂਕ ਕਰ, ਇਹਨੇ ਸਾਈਡ ਤੇ ਲਾਇਆ, ਤੂੰ ਸਾਈਡ ਤੇ ਲਾ ਕੇ ਆ ਗੱਡੀ ਹੈ, ਇੱਥੋਂ ਆਪਣੀ ਐਂਟਰੀ ਹੋਣੀ ਹੈ। ਠੀਕ ਹੈ ਪਹੁੰਚ ਗਏ ਆਪਾਂ ਤੇ ਚੱਲਦੇ ਹਾਂ ਅੰਦਰ, ਕਿਉਂ ਜੀ ਠੀਕ ਹੈ ਜਨਾਬ, ਹੁਣ ਜਾਵਾਂ ਮੁੜ ਮੈਂ ਜਾਵਾਂ ਅਹਿਮਦ ਹੈਂ, ਲੈ ਅਹਿਮਦ ਨੇ ਨਹੀਂ ਕਹਿਣਾ ਜਾ ਜਾਵਾਂ, ਚਲੋ ਅੱਲਾ ਖੈਰ ਠੀਕ ਹੈ ਯਾਰ ਮੁੜਾ ਅੱਲਾ ਦੇ ਵਾਲੇ। ਪਹੁੰਚ ਗਏ ਜੀ ਆਪਾਂ ਬੋਰਡਿੰਗ ਕਾਰਡ ਵਾਲੀ ਜਗ੍ਹਾ 'ਤੇ,
ਬੋਰਡਿੰਗ ਕਾਰਡ ਇੱਥੋਂ ਕਰਵਾਉਂਦੇ ਹਾਂ ਅਤੇ ਫਿਰ ਚੱਲਦੇ ਹਾਂ ਅੱਗੇ ਵੇਟਿੰਗ ਹਾਲ 'ਚ। ਬੋਰਡਿੰਗ ਕਾਰਡ ਵੀ ਓਕੇ ਹੋ ਗਿਆ ਜੀ, ਚੱਲੀਏ ਹੁਣ ਉੱਪਰ ਐਮੀਗ੍ਰੇਸ਼ਨ 'ਤੇ, ਜਾ ਕੇ ਸਟੈਂਪ ਲਵਾਈਏ ਅਤੇ ਵੇਟਿੰਗ ਹਾਲ 'ਚ। ਐਮੀਗ੍ਰੇਸ਼ਨ 'ਚ ਵੀ ਲਾਈਨ ਲੱਗੀ ਹੋਈ ਬਾਬਾ ਜੀ ਫੁੱਲ, ਵੇਟਿੰਗ ਹਾਲ 'ਚ ਆਵਾਮ ਬੈਠੀ ਹੋਈ ਵੇਟਿੰਗ ਹਾਲ 'ਚ, ਸਾਰੀ ਕਰਦੇ ਹਾਂ ਵੇਟ। ਇੱਕ ਘੰਟਾ ਪਿਆ ਅਜੇ ਤੱਕ, ਸਭ ਕੁਛ ਕਲੀਅਰ ਹੋ ਗਿਆ।